ਕੰਗਨਾ ਰਣੌਤ ਬਦਸਲੂਕੀ ਮਾਮਲੇ ਤੇ ਹਰਸਿਮਰਤ ਕੌਰ ਬਾਦਲ ਦਾ ਵੀ ਬਿਆਨ ਸਾਹਮਣੇ ਆਇਆ ਹੈ। ਕਿਹਾ ਕਿ ਅਜਿਹੇ ਅਹੁਦੇ ਤੇ ਬੈਠ ਕੇ ਆਪਣੀ ਜ਼ੁਬਾਨ ਤੇ ਲਗਾਮ ਲਾਵੇ ਕੰਗਨਾ। ਹਰਸਿਮਰਤ ਕੌਰ ਬਾਦਲ ਨੇ ਕੰਗਨਾ ਦੇ ਨਾਲ ਹੋਈ ਬਦਸਲੂਕੀ ਨੂੰ ਮੰਗ ਭਾਗਾ ਦੱਸਿਆ। ਕੰਗਨਾ ਰਣੌਤ ਦੇ ਵੱਲੋਂ ਫੈਲਾਈ ਨਫ਼ਰਤ ਦਾ ਨਤੀਜਾ ਸਾਹਮਣੇ ਆਇਆ ਤਾਂ ਖਾਸ ਤੌਰ ਦੇ ਉੱਤੇ ਉਹਨਾਂ ਦੇ ਵੱਲੋਂ ਜ਼ਿਕਰ ਕੀਤਾ ਗਿਆ। ਪਾਰਟੀ ਨੂੰ ਖੁਸ਼ ਕਰਨਾ ਛੱਡ ਕੇ ਲੋਕਾਂ ਦਾ ਦਿਲ ਜਿੱਤੇ ਕੰਗਨਾ ਰਣੌਤ। ਹਰਸਿਮਰਤ ਕੌਰ ਬਾਦਲ ਦੇ ਵੱਲੋਂ ਇਹ ਨਸੀਹਤ ਕੰਗਨਾ ਰਣੌਤ ਨੂੰ ਦਿੱਤੀ ਗਈ ਹੈ। ਨਫ਼ਰਤ ਫੈਲਾਉਣ ਵਾਲੀ ਰਾਜਨੀਤੀ ਨੂੰ ਲੋਕਾਂ ਨੇ ਨਕਾਰ ਦਿੱਤਾ, ਅਜਿਹਾ ਜ਼ਿਕਰ ਕਰਦੇ ਹੋਏ ਵੀ ਨਜ਼ਰ ਆਏ। ਹਰੇਕ ਬੰਦੇ ਨੂੰ ਆਪਦੀ ਜ਼ਬਾਨ ਦੇ ਉੱਤੇ ਲਗਾਮ ਰੱਖਣੀ ਚਾਹੀਦੀ ਹੈ। ਤੁਸੀਂ ਇੱਕ ਅਹੁਦੇ 'ਚ ਬੈਠੇ ਹੋ ਅੱਜ ਤਾਂ, ਲੇਕਿਨ ਜਦ ਅਹੁਦੇ 'ਚ ਨਹੀਂ ਵੀ ਸੀਗੇ, ਤੁਸੀਂ ਇੱਕ ਇਹੋ ਜਿਹੇ ਕਿੱਤੇ ਦੇ ਨਾਲ ਸੀਗੇ ਜਿੱਥੇ ਤੁਹਾਡੇ ਮਗਰ ਬਹੁਤ ਲੋਕ ਸੁਣਨ ਵਾਲੇ ਬਹੁਤ ਸੀਗੇ, ਲੇਕਿਨ ਉਸ ਅਹੁਦੇ 'ਚ ਬਹਿ ਕੇ ਜੇ ਤੁਸੀਂ ਆਪਦੀ ਜ਼ਬਾਨ ਦੇ ਉੱਤੇ ਲਗਾਮ ਨਹੀਂ ਰੱਖਦੇ, ਉਸ ਜ਼ਬਾਨ ਦੇ ਨਾਲ ਤੁਸੀਂ ਨਫ਼ਰਤ ਫੈਲਾਉਂਦੇ ਹੋ, ਤਾਂ ਫਿਰ ਉਹ ਨਫ਼ਰਤ ਦਾ ਨਤੀਜਾ ਤਾਂ ਕਿਸੇ ਟਾਈਮ ਸਾਹਮਣੇ ਆਊਗਾ। ਸੋ ਮੈਂ ਸਮਝਦੀ ਹਾਂ ਕਿ ਬਹੁਤ ਜੋੜਾ ਵੀ ਹੋਇਆ, ਬਹੁਤ ਮਾੜਾ ਹੋਇਆ, ਅਤੇ ਹੋਣ ਤੋਂ ਬਾਅਦ ਪਹਿਲੇ ਵੀ ਜੋ ਬੋਲੇ ਉਹਦਾ ਨਤੀਜਾ ਉਹਨਾਂ ਨੂੰ ਭੁਗਤਣਾ ਪਿਆ, ਅਤੇ ਉਹਦੇ ਬਾਅਦ ਵੀ ਜੋ ਉਹ ਬੋਲ ਰਹੇ ਨੇ, ਉਹ ਨਫ਼ਰਤ ਫੈਲਾਉਣ ਦੀ ਰਾਜਨੀਤੀ ਨੂੰ ਦੇਸ਼ ਨੇ ਨਕਾਰਿਆ ਹੈ। ਹੁਣ ਆਪਦੇ ਪਾਰਟੀ ਨੂੰ ਖੁਸ਼ ਕਰਨਾ ਛੱਡੋ ਅਤੇ ਲੋਕਾਂ ਦੀ ਖੁਸ਼ੀ, ਲੋਕਾਂ ਦਾ ਦਿਲ ਜਿੱਤਣ ਦਾ ਕੰਮ ਸ਼ੁਰੂ ਕਰੋ।